ਇਹ ਤੇ ਛੱਡ ਕੇ ਕੰਮ ਆ ਗਿਆ ਅੱਲਾ ਦੇ ਬੰਦਿਆ ਤੂੰ ਕੰਮ ਕਰ ਠੇਕੇਦਾਰ 10000 ਰੁਪਿਆ ਚਾਹੀਦਾ ਵੱਧ ਦਾ ਮੇਰੇ ਕੋਲ ਮੈਂ ਹੁਣ ਮਾਲਕਾਂ ਨੂੰ ਆਛੜੇ ਨੇ ਮੈਂ ਨਹੀਂ ਜਾਣਦਾ ਤੂੰ ਕਿਉਂ ਨਹੀਂ ਜਾਣਦਾ ਫਿਰ ਪਹਿਲਾਂ ਇਹੋ ਜੀ ਗੱਲ ਦੱਸੀ ਦੀ ਹੁੰਦੀ ਹੈ ਨਾ ਪਹਿਲਾ ਮਹੀਨਾ ਪਹਿਲਾਂ ਤਾਂ ਛੜੀ ਦੀ ਮਹੀਨਾ ਤਾਂ ਪਹਿਲਾਂ ਦੱਸੀ ਦੀ ਹੁੰਦੀ ਹੈ ਨਾ ਹੁਣ ਮੈਂ ਸਾਈਂ ਭਾਜੀ ਮੈਨੂੰ ਚਾਹੀਦੇ ਨੇ ਤੇਰੇ ਕੋਲ ਕੰਮ ਕਰਨਾ ਪੈਸੇ ਤੇ ਤੇਰੇ ਕੋਲ ਨਹੀਂ ਮੈਂ ਸਾਰਿਆਂ ਨੂੰ ਆਛੜੇ ਨੇ 50000 ਰੁਪਈਆ ਜਾਂ ਤੁਸੀਂ ਮੈਨੂੰ ਪਹਿਲਾਂ ਆਂ ਦੇਣਾ ਮੈਂ ਤੁਹਾਨੂੰ 10000 ਰੁਪਈਆ ਵੱਧ ਲੈ ਲੈਣਾ 60000 ਉਹਨਾਂ ਨੂੰ ਆ ਲੈਣਾ ਸੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਯਾਰ ਕੰਮ ਛੱਡ ਕੇ ਨਹੀਂ ਧਿਆਨ ਲੱਗੇ ਉਹਦਾ ਦੇ ਬੰਦੇ ਆਪਾਂ ਉਹ ਜੀ ਕਿਵੇਂ ਕਰਦਾ ਤੂੰ ਸਰ ਜੀ ਕਿੰਨੇ ਦੇ 50000 ਰੁਪਈਆ ਸਰ ਜੀ 10000 ਰੁਪਈਆ ਹੋਰ ਦੇ ਦੇ ਆਰਾਮ ਨਾਲ ਬਾਈ ਸਰ ਜੀ ਹਰ ਜੁਮੇ ਲਾਤੀ ਹੀ ਪਤਾ ਹੁੰਦਾ ਨਾ ਮੈਂ ਤਾਂ ਪਹਿਲੂ ਪੁੱਛਦਾ ਹੁੰਦਾ ਕਿ ਬਈ 10 ਕਿੰਨੇ ਪੈਸੇ ਰੱਖ ਲਵਾਂ ਕਰਾ ਲੈ ਹੁਣ ਮੇਰੀ ਬੀਤੀ ਗੱਲ ਯਾਰ ਕਰਨਾ ਤੁਹਾਡੇ ਉਹ ਤੂੰ ਕਿਤੇ ਮੇਰਾ ਟਿਕਟ ਕਰ ਭਰਾਏ ਤੁਹਾਡਾ ਬੜਾ ਕੰਪਰ ਮੈਂ ਤੇ ਕਟਾ ਸਵਾਦ ਕੰਪਰ ਮੈਂ ਤੇ ਹਰ ਜੁਮੇ ਦਾ ਜਿੰਨੇ ਪੈਸੇ ਦੱਸਦਾ ਉਹ ਸੁਬਹ 10 ਦੱਸ ਉੱਤੇ ਮੰਗ ਲਈਏ 15 ਉੱਤੇ ਮੰਗ ਲਈਏ ਫੇਰ ਕੀ ਮਾਨ ਸਾਹਿਬ ਨੂੰ ਦੇ ਰਿਆ अगली जुमे रात ਮਜ਼ਦੂਰਾਂ ਨੂੰ ਈਦ ਦੇ ਦਿਆ ਇਹ ਵਿੱਚੋਂ ਕੀ ਕਰਦੇ ਮਾਨ ਸਾਹਿਬ ਇਹਨੇ ਪੈਸੇ ਲੈ ਕੇ ਜਾਣਾ ਮਾਵੇ ਕੋਲ ਭਾਜੀ ਹੋਵੇ ਨਾ ਇੰਜ ਦੀ ਹੋਵੇ ਪਤਾ ਜਾ ਹਾਂ